ਹਾਂਜੀ, ਕੀ ਹਾਲ ਹੈ ਜੀ ਸਾਰਿਆਂ ਦਾ? ਮੇਰਾ ਨਾਮ ਹੈ ਅਮਰ ਅਤੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਪੰਜਾਬੀ ਓਲੰਪੀਆ 'ਚ। ਅੱਜ ਆਪਾਂ ਗੱਲ ਕਰਾਂਗੇ ਜੈਨੇਟਿਕਲੀ ਫ੍ਰੀਕਡ ਬਾਡੀ ਬਿਲਡਰਸ ਦੀ, ਜਿਹੜੇ ਕਿ ਆਪਣੇ ਜੈਨੇਟਿਕਸ ਅਤੇ ਆਪਣੀ ਫ੍ਰੀਕੀਨੈਸ ਬਾਰੇ ਜਾਣੇ ਜਾਂਦੇ ਨੇ। ਇਸ 'ਚ ਪਹਿਲੇ ਨੰਬਰ 'ਤੇ ਨਾਮ ਆਉਂਦਾ ਹੈ ਰੋਲੀ ਕੋਲਮੈਨ ਦਾ, ਜਿਹੜੇ ਕਿ ਇੱਕ ਗ੍ਰੇਟੈਸਟ ਬਾਡੀ ਬਿਲਡਰ ਨੇ, 8-time ਮਿਸਟਰ ਓਲੰਪੀਆ ਨੇ। ਰੋਨੀ ਕੋਲਮੈਨ ਨੂੰ ਫਰੀਕ ਐਵੇਂ ਨਹੀਂ ਕਿਹਾ ਜਾਂਦਾ ਸੀ, ਉਹਨਾਂ ਦੇ ਜੈਨੇਟਿਕਸ ਬਹੁਤ ਹੀ ਵਧੀਆ ਸਨ। ਉਹਨਾਂ ਦਾ ਸਾਈਜ਼ ਅਤੇ ਡੈਫੀਨੇਸ਼ਨ ਬਿਲਕੁਲ ਬੀਸਟ ਵਰਗਾ ਸੀਗਾ। ਹਾਲ ਹੀ ਵਿੱਚ ਕੈਵਿਨ ਲਵਰੋਨ ਨੇ ਵੀ ਕਿਹਾ ਕਿ ਰੋਨੀ ਕੋਲਮੈਨ ਇੱਕ ਬਹੁਤ ਹੀ ਫਰੀਕੀਨੈਸ ਬਾਡੀ ਬਿਲਡਰ ਨੇ, ਅਤੇ ਜਦੋਂ ਉਹਨਾਂ ਨੇ ਪਹਿਲੀ ਵਾਰ ਉਹਨਾਂ ਨੂੰ 98 ਓਲੰਪੀਆ 'ਚ ਦੇਖਿਆ ਸੀ, ਤਾਂ ਉਹਨਾਂ ਦੇਖਦੇ ਸਾਰ ਹੀ ਉਹਨਾਂ ਨੂੰ ਕਹਿਤਾ ਸੀ ਕਿ ਉਹ ਬਹੁਤ ਹੀ ਫਰੀਕ ਅਤੇ ਬੀਸਟ ਲੱਗ ਰਹੇ ਨੇ, ਅਤੇ ਉਹਨਾਂ ਵਰਗਾ ਬਹੁਤ ਵੱਡਾ ਬਾਡੀ ਬਿਲਡਰ ਉਹਨਾਂ ਨੇ ਪਹਿਲਾਂ ਕਦੀ ਨਹੀਂ ਦੇਖਿਆ। ਜਦੋਂ ਲੋਕ ਡੋਰੀਅਨ ਜੇਟਸ ਨੂੰ ਦੇਖਦੇ ਸੀ, ਲੋਕ ਕਹਿੰਦੇ ਜੀ ਇਹਨਾਂ ਨਾਲੋਂ ਵੱਡਾ ਬਾਡੀ ਬਿਲਡਰ ਕੋਈ ਹੋ ਨਹੀਂ ਸਕਦਾ, ਪਰ ਅਗਲੇ ਹੀ ਸਾਲ ਜਦੋਂ ਰੋਨੀ ਕੋਲਮੈਨ ਆਏ ਅਤੇ ਉਹਨਾਂ ਨੇ ਆਪਣੀ ਬੋਡੀ ਦਿਖਾਈ, ਅਤੇ ਉਹ ਬਹੁਤ ਹੀ ਵੱਡੇ ਦੇਖਣ ਨੂੰ ਲੱਗੇ, ਅਤੇ ਉਹਨਾਂ ਨੇ 60 ਪਾਊਂਡ ਮਸਲਸ ਗੇਨ ਕਰ ਲਏ ਸੀ 21 ਸਾਲ 'ਚ, ਅਤੇ ਇਸ ਲਈ ਉਹ ਕਾਫੀ ਬੜੇ ਲੱਗ ਰਹੇ ਸੀ। ਕੈਵਿਨ ਲਵਰੋਨੀ ਨੇ ਉਹਨਾਂ ਨੂੰ ਦੇਖਦੇ ਹੀ ਕਹਿਤਾ ਸੀਗਾ ਕਿ ਇਹ ਕਾਫੀ ਲੰਬੇ ਸਮੇਂ ਲਈ ਮਿਸਟਰ ਓਲੰਪੀਆ ਰਹਿਣਗੇ, ਕਾਫੀ ਦੇਰ ਲਈ ਟਿਕਣਗੇ, ਅਤੇ ਇਹਨਾਂ ਨੂੰ ਬੀਟ ਕਰ ਪਾਉਣਾ ਹੋਰ ਬਾਡੀਜ਼ ਲਈ ਬਿਲਡਰਸ ਲਈ ਬਹੁਤ ਔਖਾ ਹੋ ਜਾਏਗਾ। ਕੈਵਿਨ ਨੇ ਕਿਹਾ ਕਿ ਉਹਨਾਂ ਦੇ ਜੋ ਬੈਕਸ ਦੇ ਕੱਟ ਨੇ, ਜਦੋਂ ਉਹ ਨੋਰਮਲ ਵੀ ਖੜ੍ਹੇ ਹੁੰਦੇ ਨੇ, ਉਹ ਵੀ ਉਸ ਟਾਈਮ ਵੀ ਉਸ ਦੌਰਾਨ ਵੀ ਦਿਖਦੇ ਹਨ, ਅਤੇ ਉੱਪਰ ਦੀ ਥੱਲੇ ਤੱਕ ਦੇਖਣ ਨਾਲ ਉਹਨਾਂ ਨੂੰ ਇੱਕਦਮ ਬੀਸਟ ਵਾਂਗੂ ਦੇਖਿਆ ਜਾਂਦਾ ਸੀਗਾ। ਕੈਵਿਨ ਨੇ ਇੱਥੋਂ ਤੱਕ ਕਿ ਉਹਨਾਂ ਨੂੰ ਇੱਕ ਗਰੀਲਾ ਵੀ ਕਹਿ ਦਿੱਤਾ ਸੀ। 98 'ਚ ਰੋਨੀ ਕੋਲਮੈਨ ਦੀ ਆਲਮੋਸਟ 4 ਫੀਟ ਬੈਕ ਵਾਈਡ ਸੀ। ਇਸ ਚੀਜ਼ ਤੋਂ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਉਹ ਕਿੰਨੇ ਕੀ ਜੈਨੈਟਿਕਲੀ ਗਿਫਟਿਡ ਬਾਡੀ ਬਿਲਡਰ ਨੇ। ਰੋਲੀ ਕੋਲਮੈਨ ਨੇ ਆਪ ਦੱਸਿਆ ਜਦੋਂ 94-95 'ਚ ਸੀਗੇ, ਉਸ ਟਾਈਮ ਉਹਨਾਂ ਦੀ ਵੇਸਟ 29 ਇੰਚੀਸ ਸੀ, ਅਤੇ 98 ਤੱਕ ਆਉਂਦੇ ਆਉਂਦੇ ਉਹਨਾਂ ਦੀ ਚੈਸਟ ਦਾ ਸਾਈਜ਼ 60 ਇੰਚੀਸ ਹੋ ਗਿਆ। ਹਾਲਾਂਕਿ ਉਸ ਟਾਈਮ ਉਹਨਾਂ ਦੀ ਵੇਸਟ ਥੋੜ੍ਹੀ ਵੱਧ ਗਈ ਸੀ, ਕਿਉਂਕਿ ਕੁਛ ਬਾਡੀ ਬਿਲਡਰ ਸਟੇਰੋਇਡਸ ਵੀ ਲੈਂਦੇ ਨੇ, ਉਹਦੇ ਕਰਕੇ ਵੀ ਵੇਸਟ ਥੋੜ੍ਹੀ ਚੌੜੀ ਹੋ ਜਾਂਦੀ ਆ, ਕਿ ਉਹਨਾਂ ਦੇ ਜੈਨੇਟਿਕਸ ਟੋਪ ਨੋਚ ਸੀ। ਇਹ ਤਾਂ ਹੋ ਗਈ ਗੱਲ ਰੋਨੀ ਕੋਲਮੈਨ ਦੀ। ਦੂਜੇ ਨੰਬਰ 'ਤੇ ਨੇ ਫਲੈਕਸ ਵੀਲਰ, ਅਤੇ ਉਹ ਇੱਕ ਬਹੁਤ ਹੀ ਚੰਗੇ ਜੈਨੇਟਿਕਲੀ ਗਿਫਟਿਡ ਬਾਡੀ ਬਿਲਡਰ ਮੰਨੇ ਜਾਂਦੇ ਨੇ, ਹਾਲਾਂਕਿ ਕਈ ਲੋਕ ਉਹਨਾਂ ਨੂੰ ਨੰਬਰ 1 'ਤੇ ਵੀ ਰੱਖਣਾ ਚਾਹਣਗੇ, ਇਹ ਲੋਕਾਂ ਦੀ ਆਪਣੀ ਖੁਦ ਦੀ ਰਾਏ ਹੈ। ਉਹਨਾਂ ਦੀ ਵੇਸਟ 29 ਇੰਚੀ ਸੀ, ਅਤੇ ਉਹਨਾਂ ਦੇ ਸਾਰੇ ਮਸਲਸ, ਆਰਮਸ, ਸ਼ੋਲਡਰ ਅਤੇ ਚੈਸਟ ਸਾਰੇ ਰਾਊਂਡ ਰਾਊਂਡ ਸੀ। ਉਹਨਾਂ ਕੋਲ ਹਰ ਬਾਡੀ ਪਾਰਟ ਸੀ, ਉਹਨਾਂ ਕੋਲ ਕੋਈ ਵੀ ਬਾਡੀ ਪਾਰਟ ਮਿਸਿੰਗ ਨਹੀਂ ਸੀ। ਉਹਨਾਂ ਦੀ ਸਭ ਚੀਜ਼ਾਂ ਮਿਲਾ ਕੇ ਸਾਰੀ ਓਵਰਆਲ ਉਹਨਾਂ ਦੀ ਬਹੁਤ ਹੀ ਵਧੀਆ ਫਿਜ਼ੀਕ ਮੰਨੀ ਜਾਂਦੀ ਸੀ, ਅਤੇ ਉਹ ਬੈਸਟ ਜੈਨੇਟਿਕ ਫਰੀਕ ਮੰਨੇ ਜਾਂਦੇ ਨੇ। ਅਤੇ ਆਪਾਂ ਤੀਜੇ ਨੰਬਰ 'ਤੇ ਗੱਲ ਕਰਦੇ ਹਾਂ ਕੈਵਿਨ ਲਵਰੋਨੀ ਬਾਰੇ। ਕੈਵਿਨ ਲਵਰੋਨ ਇੱਕ ਵੈਲ ਬੈਲੈਂਸਡ ਜੈਨੇਟਿਕ ਫਰੀਕ ਸੀ, ਉਹਨਾਂ ਦੇ ਸ਼ੋਲਡਰਸ, ਟ੍ਰਾਈਸੈਪਸ ਵੀ ਬਹੁਤ ਰਾਊਂਡਡ ਸੀ, ਅਤੇ ਉਹ ਵੀ ਬਹੁਤ ਜੈਨੇਟਿਕਲੀ ਫਰੀਕਡ ਸੀ। ਅਤੇ ਉਹਨਾਂ ਦਾ ਜੋ ਮੋਸਟ ਮਸਕੂਲਰ ਪੋਜ਼ ਸੀਗਾ, ਜੋ ਇੱਕ ਉਹਨਾਂ ਦਾ ਸਿਗਨੇਚਰ ਪੋਜ਼ ਹੈ, ਉਹ ਆਪਣੀ ਪੋਜ਼ਿੰਗ ਰੂਟੀਨ ਲਈ ਵੀ ਮੰਨੇ ਜਾਂਦੇ ਹਨ, ਕਿਉਂਕਿ ਉਹਨਾਂ ਦੀ ਪੋਜ਼ਿੰਗ ਰੂਟੀਨ ਬਹੁਤ ਵਧੀਆ ਸੀ। ਜਿੰਨਾ ਉਹ ਡਿਜ਼ਰਵ ਕਰਦੇ ਸੀ, ਉਹ ਆਪਣੀ ਪੋਜ਼ਿੰਗ ਨਾਲ ਉਸ ਤੋਂ ਵਧੀਆ ਪਲੇਸ ਲੈ ਜਾਂਦੇ ਸੀ। ਅਤੇ ਕੈਵਿਨ ਲਵਰੋਨੀ ਵੀ ਇੱਕ ਜੈਨੇਟਿਕ ਫਰੀਕ ਸੀ, ਅਤੇ ਉਹਨਾਂ ਦੀ ਓਵਰਆਲ ਬਾਡੀ ਬਹੁਤ ਵਧੀਆ ਸੀ। ਫੋਰਥ ਨੰਬਰ 'ਤੇ ਨੇ ਫਿਲ ਹੀਥ, ਅਤੇ ਇਹਨਾਂ ਦੇ ਫੈਨਸ ਨਾਲੋਂ ਇਹਨਾਂ ਦੇ ਹੇਟਰਸ ਜ਼ਿਆਦਾ ਨੇ, ਕੀ ਪਤਾ ਤੁਸੀਂ ਵੀ ਇਹਨਾਂ 'ਚੋਂ ਇੱਕ ਹੋ। ਬਹੁਤ ਜਾਣਿਆਂ ਨੂੰ ਇਹ ਬਹੁਤ ਵਧੀਆ ਬਾਡੀ ਬਿਲਡਰ ਨਹੀਂ ਲੱਗਦੇ, ਫਿਰ ਵੀ ਇਹ ਮਿਸਟਰ ਓਲੰਪੀਆ ਰਹਿ ਚੁੱਕੇ ਨੇ। ਉਹ ਵੀ ਇੱਕ ਜੈਨੇਟਿਕਲੀ ਫਰੀਕਡ ਬਾਡੀ ਬਿਲਡਰ ਨੇ, ਅਤੇ ਉਹਨਾਂ ਦਾ ਤਾਂ ਨਾਮ ਹੀ ਦ ਗਿਫਟ ਬਾਡੀ ਬਿਲਡਰ ਹੈਗਾ। ਫਿਲੀਡ ਦਾ ਇਹ ਹੈ ਕਿ ਉਹਨਾਂ ਦੇ ਸਾਰੀ ਬਾਡੀ ਬਿਲਡ ਪਾਰਟਸ ਕੰਪਲੀਟ ਹਨ, ਅਤੇ ਉਹ ਸਾਰੇ ਬਾਡੀ ਪਾਰਟਸ ਬਹੁਤ ਵਧੀਆ ਹਨ, ਇੱਕ ਚੀਜ਼ ਨੂੰ ਛੱਡ ਕੇ ਜਿਹੜੀ ਕਿ ਉਹਨਾਂ ਦਾ ਸਮਾਲ ਓਵਰਆਲ ਫਰੇਮ ਫੈਕਟਰ ਹੈਗਾ। ਉਹਨਾਂ ਦੇ ਸ਼ੋਲਡਰਸ ਵੀ ਕੁਛ ਖਾਸ ਵਾਈਡ ਨਹੀਂ ਹਨ, ਪਰ ਉਹਨਾਂ ਕੋਲ ਸਾਰੇ ਬਾਡੀ ਪਾਰਟਸ ਹਨ। ਜੇ ਦੇਖਿਆ ਜਾਵੇ ਉਹਨਾਂ ਦੀ ਬਾਡੀ ਪਾਰਟਸ ਅਤੇ ਰਾਊਂਡ ਬਾਡੀ ਪਾਰਟਸ ਨੇ ਸਾਰੇ, ਜਿਹੜੇ ਕਿ ਫਲੈਕਸ ਵੀਲਰਸ ਨਾਲ ਬਹੁਤ ਮੇਲ ਖਾਂਦੇ ਨੇ, ਅਤੇ ਉਹਨਾਂ ਦੇ ਜੈਨੇਟਿਕਸ ਆਲਮੋਸਟ ਦੋਨਾਂ ਦੇ ਸੇਮ ਨੇ, ਅਤੇ ਉਹਨਾਂ ਦੀ ਇੱਕ 3D ਸ਼ਾਰਪ
ਫਰੀਕ ਵੀ ਮੰਨੀ ਜਾਂਦੀ ਹੈ, ਤੇ ਉਹ ਵੀ ਇੱਕ ਜੈਨੇਟਿਕਲੀ ਫਰੀਕ ਮੰਨੇ ਜਾਂਦੇ ਹਨ ਕਿਉਂਕਿ ਉਹਨਾਂ ਦੀ ਰਾਉਂਡ ਰਾਉਂਡ ਮਸਲ ਬੈਲੀਸ ਨੇ। ਉਹ ਸਟੇਜ ਤੇ ਆਪਣੀ 3D ਬੋਡੀ ਬੋਡੀ ਨੂੰ ਬਹੁਤ ਵਧੀਆ ਪੇਸ਼ ਕਰਦੇ ਨੇ, ਜਿਹਦੇ ਕਰਕੇ ਉਹ 7-time ਮਿਸਟਰ ਓਲੰਪੀਆ ਵੀ ਰਹਿ ਚੁੱਕੇ ਨੇ, ਤੇ ਉਹਨਾਂ ਨੂੰ ਸਟੇਜ ਤੇ ਆਪਣੀ ਬੋਡੀ ਸ਼ੋਅ ਕਰਨੀ ਬਖੂਬੀ ਆਉਂਦੀ ਆ। ਉਸ ਤੋਂ ਬਾਅਦ ਆਉਂਦੇ ਨੇ ਬਿਗ ਰੈਮੀ, ਤੇ ਇਹ ਵੀ ਇੱਕ ਫਰੀਕਡ ਬੋਡੀ ਬਿਲਡਰ ਨੇ। ਕੁਝ ਲੋਕ ਕਹਿਣਗੇ ਜੈਨੇਟਿਕਲੀ ਨਹੀਂ ਹੈਗੇ, ਪਰ ਫਿਰ ਵੀ ਮੇਰਾ ਮੰਨਣਾ ਕਿ ਇੱਕ ਜੈਨੇਟਿਕਲੀ ਫਰੀਕਡ ਬੋਡੀ ਬਿਲਡਰ ਨੇ, ਜਿਨ੍ਹਾਂ ਦੀ ਵੇਸਟ ਹਾਲਾਂਕਿ ਥੋੜ੍ਹੀ ਜੀ ਵੱਡੀ ਹੈ, ਪਰ ਇਹਨਾਂ ਦੇ ਸ਼ੋਲਡਰਸ, ਚੈਸਟ ਅਤੇ ਬਾਈਸੈਪਸ, ਬਾਕੀ ਸਾਰੀਆਂ ਥਾਈਜ਼ ਹੋ ਗਈਆਂ ਕਾਫ਼ੀ ਵੱਡੇ ਵੱਡੇ ਨੇ। ਇਹਨਾਂ ਵਿੱਚ ਵੀ ਸਾਰੇ ਬੋਡੀ ਪਾਰਟਸ ਨੇ, ਅਤੇ ਇਹਨਾਂ ਦੇ ਸਾਰੇ ਬੋਡੀ ਪਾਰਟਸ ਬੜੇ ਫਰੀਕੀਨੈਸ ਨੇ। ਉਹਨਾਂ ਦੀ ਥਾਈਜ਼ ਅਤੇ ਉਹਨਾਂ ਦੇ ਉੱਪਰ ਸ਼ੋਲਡਰਸ ਅਤੇ ਕਾਫ਼ੀ ਬ੍ਰੌਡ ਨੇ। ਉਹਨਾਂ 'ਚ ਬਸ ਇੱਕ ਕਮੀ ਹੈ ਕਿ ਉਹਨਾਂ ਦੇ ਵਿੱਚ ਡੈਫੀਨੇਸ਼ਨ ਦੀ ਥੋੜ੍ਹੀ ਕਮੀ ਹੈ, ਜਿਹਦੇ ਕਰਕੇ ਉਹ ਮਿਸਟਰ ਓਲੰਪੀਆ ਨਹੀਂ ਬਣ ਪਾਉਂਦੇ। ਉਹ ਆਪਣੀ ਬੋਡੀ 'ਚ ਡੈਫੀਨੇਸ਼ਨ ਲੈ ਆਉਣ ਤਾਂ ਉਹ ਕਿਸੇ ਵੀ ਬੋਡੀ ਬਿਲਡਰ ਨੂੰ ਹਰਾ ਸਕਦੇ ਹਨ, ਅਤੇ ਕਾਫ਼ੀ ਸਮੇਂ ਲਈ ਮਿਸਟਰ ਓਲੰਪੀਆ ਰਹਿ ਸਕਦੇ ਨੇ। ਇਸ ਲਈ ਉਹ ਮੈਨੂੰ ਇੱਕ ਜੈਨੇਟਿਕ ਫਰੀਕ ਲੱਗਦੇ ਨੇ। ਉਹਨਾਂ 'ਚ ਸਭ ਕੁਝ ਹੈ, ਬਸ ਕਮੀ ਆ ਤਾਂ ਇੱਕ ਡੈਫੀਨੇਸ਼ਨ ਜੀ। ਜੇ ਉਹ ਵੀ ਲੈ ਆਏ ਤਾਂ ਉਹ ਇੱਕ ਬੈਸਟ ਬੋਡੀ ਬਿਲਡਰ ਬਣ ਜਾਣਗੇ। ਅਤੇ ਅਗਲਾ ਨਾਮ ਆਉਂਦਾ ਹੈ ਸ਼ੌਨ ਰੇ ਦਾ। ਉਹ ਇੱਕ ਸਮਾਲ ਬੋਡੀ ਬਿਲਡਰ ਸੀ, ਪਰ ਉਹ ਜੈਨੇਟਿਕਲੀ ਦੇਖਿਆ ਜਾਣ ਤਾਂ ਬਹੁਤ ਵੈਲ ਬੈਲੈਂਸਡ ਬੋਡੀ ਬਿਲਡਰ ਸੀ, ਅਤੇ ਉਹਨਾਂ ਦੇ ਕਾਫ਼ੀ ਵਧੀਆ ਫਿਜ਼ੀਕ ਸੀ। ਉਹ ਭਾਵੇਂ ਕਿ ਇੱਕ ਸਮਾਲ ਬੋਡੀ ਬਿਲਡਰ ਸੀਗੇ, ਪਰ ਫਿਰ ਵੀ ਆਪਣੇ ਵੱਡੇ ਵੱਡੇ ਤੋਂ ਬੋਡੀ ਬਿਲਡਰਸ ਨੂੰ ਮਾਤ ਦਿੰਦੇ ਸੀਗੇ, ਜਿਵੇਂ ਕਿ ਮਾਰਕਸ ਰੂਲ ਹੋ ਗਏ, ਰੋਨੀ ਕੋਲਮੈਨ ਹੋ ਗਏ, ਅਤੇ ਹੋਰ ਵੱਡੇ ਬੋਡੀ ਬਿਲਡਰਸ ਨੂੰ ਕਈਆਂ ਨੂੰ ਮਾਤ ਦੇ ਚੁੱਕੇ ਸਨ। ਜ਼ਰੂਰੀ ਨਹੀਂ ਹੈ ਕਿ ਤੁਸੀਂ ਛੋਟੇ ਹੋ ਤਾਂ ਤੁਸੀਂ ਮਿਸਟਰ ਓਲੰਪੀਆ ਨਹੀਂ ਖੇਡ ਸਕਦੇ। ਉਹਨਾਂ ਨੇ ਪ੍ਰੂਫ ਕਰਕੇ ਦਿਖਾਇਆ, ਅਤੇ ਉਹਨਾਂ ਨੇ ਬੜੇ ਵੱਡੇ ਵੱਡੇ ਬੋਡੀ ਬਿਲਡਰਸ ਨੂੰ ਵੀ ਹਰਾਇਆ। ਬੋਡੀ ਬਿਲਡਿੰਗ ਹਮੇਸ਼ਾ ਸਾਈਜ਼ ਦਾ ਖੇਲ ਨਹੀਂ ਹੁੰਦਾ, ਇਹਦੇ ਵਿੱਚ ਸਿਮੈਟਰੀ, ਡੈਫੀਨੇਸ਼ਨ ਅਤੇ ਹਾਰਡਵਰਕ ਮਾਇਨੇ ਰੱਖਦਾ ਵਾ। ਇਸ ਲਈ ਇਹਨਾਂ ਨੂੰ ਵੀ ਇੱਕ ਜੈਨੇਟਿਕ ਬੋਡੀ ਬਿਲਡਰਸ ਲਈ ਲਿਸਟ ਵਿੱਚ ਆਪਾਂ ਰੱਖਾਂਗੇ। ਇਸ ਤੋਂ ਬਾਅਦ ਨਾਮ ਆਉਂਦਾ ਹੈ ਲੀ ਹੈਨੀ ਦਾ। ਇਹ ਵੀ ਇੱਕ ਜੈਨੇਟਿਕਲੀ ਗਿਫਟਿਡ ਬੋਡੀ ਬਿਲਡਰ ਸੀਗੇ। ਉਹ 8-time ਮਿਸਟਰ ਓਲੰਪੀਆ ਐਵੇਂ ਨਹੀਂ ਬਣੇ, ਉਹਨਾਂ ਦੇ ਬੋਡੀ ਪਾਰਟਸ ਬਹੁਤ ਹੀ ਵਧੀਆ ਸਨ। ਇਸ ਤੋਂ ਬਾਅਦ ਨੰਬਰ ਆਉਂਦਾ ਵਾ ਆਰਨੋਲਡ ਸਵਾਗਜ਼ਨੇਗਰ ਦਾ, ਜਿਹੜੇ ਕਿ ਇੱਕ ਮੇਰੇ ਵੀ ਫੇਵਰੇਟ ਬੋਡੀ ਬਿਲਡਰ ਨੇ, ਅਤੇ ਉਹ ਵੀ ਇੱਕ ਜੈਨੇਟਿਕਲੀ ਗਿਫਟਿਡ ਬੋਡੀ ਬਿਲਡਰ ਸੀਗੇ। ਜੇ ਦੇਖਿਆ ਜਾਵੇ ਤਾਂ ਆਰਨੋਲਡ ਸਵਾਗਜ਼ਨੇਗਰ ਦੀਆਂ ਲੈਗਸ ਇੰਨੀਆਂ ਕੋਈ ਖਾਸ ਨਹੀਂ ਸੀ। ਜੇ ਅਗਰ ਆਪਾਂ ਉਹਨਾਂ ਦੀ ਅਪਰ ਬੋਡੀ ਦੇਖੀਏ ਤਾਂ ਉਹ ਇੱਕ ਜੈਨੇਟਿਕਲੀ ਫਰੀਕਡ ਬੋਡੀ ਸੀ। ਉਸ ਤੋਂ ਬਾਅਦ ਨਾਮ ਆਉਂਦਾ ਡੈਕਸਟਰ ਜੈਕਸਨ ਦਾ, ਉਹ ਵੀ ਇੱਕ ਜੈਨੇਟਿਕਲੀ ਫਰੀਕ ਬੋਡੀ ਬਿਲਡਰ ਸੀ, ਅਤੇ ਉਹ ਇੱਕ ਲੈਜੈਂਡ ਹਨ। ਹੁਣ ਤੱਕ ਦੀ ਉਮਰ ਤੱਕ ਵੀ ਉਹ ਕੰਪੀਟੀਸ਼ਨ ਲੜ ਰਹੇ ਨੇ ਹਮੇਸ਼ਾ ਤੋਂ। ਉਹ ਆਪਣੀ ਇੱਕ ਸ਼ਾਰਪ ਫਿਜ਼ੀਕ ਸਟੇਜ 'ਤੇ ਲੈ ਕੇ ਆਉਂਦੇ ਨੇ, ਅਤੇ ਉਹਨਾਂ ਨੂੰ ਡੈਕਸਟਰ ਦਾ ਬਲੇਡ ਜੈਕਸਨ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਉਹਨਾਂ ਦੀ ਓਵਰਆਲ ਇੱਕ ਬਹੁਤ ਹੀ ਵਧੀਆ ਰਿਬਡ ਫਿਜ਼ੀਕ ਹੁੰਦੀ ਹੈ। ਉਹਨਾਂ ਦਾ ਓਵਰਆਲ ਫਰੰਟ ਬਾਈਸੈਪ ਪੋਜ਼ ਬਹੁਤ ਵਧੀਆ ਹੈ, ਅਤੇ ਉਹਨਾਂ ਦਾ ਮੋਸਟ ਮਸਕੂਲਰ ਪੋਜ਼ ਵੀ ਬਹੁਤ ਵਧੀਆ ਆਉਂਦਾ ਹੈ। ਓਵਰਆਲ ਉਹਨਾਂ ਦੇ ਸਾਰੇ ਪੋਜ਼ਿਸ ਬਹੁਤ ਵਧੀਆ ਹਨ, ਓਵਰਆਲ ਉਹ ਬੈਸਟ ਬੋਡੀ ਬਿਲਡਰ ਵੀ ਕਹਿ ਸਕਦੇ ਹਾਂ ਆਪਾਂ। ਅਤੇ ਹੋਪ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਹੋਵੇਗੀ, ਅਤੇ ਮੇਰੇ ਚੈਨਲ ਨੂੰ ਲਾਈਕ, ਸ਼ੇਅਰ, ਕਮੈਂਟ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਅਤੇ ਹੋਰ ਨਵੀਂ ਬੋਡੀ ਬਿਲਡਿੰਗ ਦੀ ਨਿਊਜ਼ ਅਤੇ ਹੋਰ ਬੋਡੀ ਬਿਲਡਰ ਦੀ ਲਾਈਫ ਦੀ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗਾ। ਥੈਂਕ ਯੂ, ਬਾਏ ਬਾਏ।